ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਜੀ। ਮੌਸਮ ਤਾਂ ਨਹੀਂ ਖਰਾਬ ਹੁੰਦਾ ਹੈਗਾ? ਹੁਣ ਤਾਂ ਠੀਕ ਹੈ ਯਾਰ, ਨਹੀਂ ਹੁੰਦਾ ਖਰਾਬ। ਉਹ ਤਾਂ ਮਾੜਾ ਮੋਟਾ ਧੂੰਆਂ ਤਾਂ ਆ ਜਾਂਦਾ ਹੁੰਦਾ ਯਾਰ। ਟਾਇਰ ਟਰਾਲੇ ਕਰੇ ਕਿੱਥੇ ਅੱਜ ਵੱਢਣੀ ਸੀ? ਕਾਲਾ ਕਹਿੰਦਾ, ਮੈਨੂੰ ਕਹਿੰਦਾ ਮੈਂ ਤੇਰੇ 12 ਵਜੇ 1 ਵਜੇ ਫਿਰ ਚ ਆ ਜਾਣਾ। ਅੱਛਾ, ਤਾਂ ਹੀ ਲਾਉਣਾ ਟਰੈਕਟਰ ਪਾਇਆ ਹੋਣਾ ਫੋੜਦਾ। ਹਾਂ ਤੇਰਾ ਕਹਿੰਦੇ ਕਦੇ ਤੇਰੇ ਖੇਤ ਚ ਆ ਜਾਣਾ ਮੈਂ। ਇੱਥੇ 2 ਕਿੱਲੇ ਵੱਢ ਕੇ ਗਿਆ ਮੰਡ ਨੂੰ, ਫਿਰ 5 ਵੱਢਣ ਤੇ ਆਪਣੇ। ਹਾਂ 5 ਵਜੇ ਮਸ਼ੀਨ ਆਈ ਉਹਦੇ। ਮੈਂ ਮੇਰੇ ਤਾਂ ਵੱਢੇ ਨਹੀਂ ਹੋਣੇ ਫਿਰ ਇਹ। ਮੈਂ ਨਾ ਬਣਾਉਣੇ ਉਸ 'ਚ ਸਾਡੇ ਕੋਈ ਕੋਈ ਦਾਣਾ ਖਾਧੀ ਤਾਂ ਹੋ ਜਾਂਦਾ ਕਾਲਾ ਦਾਣਾ। ਨਹੀਂ ਨਹੀਂ ਠੀਕ ਹੈ। ਮੈਂ ਬਣਾਉਣੀ ਦੁਪਹਿਰੇ ਨੂੰ, ਉੱਡ ਜਾਂਦਾ ਥਲਾ ਹਵਾ ਜੀ। ਚੱਲ ਕੋਈ ਨਹੀਂ, ਕੱਲ੍ਹ ਨੂੰ ਵੱਢ ਹੋ ਜੂਗੀ। ਮੈਂ ਤਾਂ ਕੱਲ੍ਹ ਨੂੰ ਵੱਢਦੀ, ਫਿਰ ਮੈਂ ਜਵਾਬ ਦੇ ਦਿੱਤਾ ਮਾਂ ਜੀ ਤੇ ਵੱਢ ਦੇ ਵੱਢ। ਜਿਹੜੇ ਹੁਣ ਇੱਥੇ ਟਾਵੇਂ ਟਾਵੇਂ ਚੱਕਦੇ ਨੇ ਉਹਨੇ, ਇਹ ਛੱਡ ਕੇ ਗਿਆ ਦਾ ਇਹ ਕਹਿੰਦੀ ਦੇਵ ਦੀ ਜੀਰੀ। ਅੱਛਾ, ਕੱਲ੍ਹ ਨੂੰ ਵੱਢੂਗਾ ਕਹਿੰਦਾ। ਮੈਂ ਤਾਂ ਉਹਦੀ ਵੱਢਦੇ ਹੁਣ, ਉਹ ਤਾਂ ਕਹਿੰਦੇ ਹੋਵੇ। ਨਹੀਂ ਨਹੀਂ ਵਧੀਆ ਵਧੀਆ। ਮੈਂ ਮੇਰੇ ਹੁਣ ਤਾਂ ਵੱਢਤੀ, ਮੇਰੇ 2 ਰਹੀ ਨੇ, 2 ਵੱਢੂਣੇ ਆ। ਦੋ ਵੱਢ ਹੋਏ ਦੇਖ ਲੈ, ਦੋ ਵੱਢ ਹੋਏ। ਹੈਂ ਅਜਾ ਖੜੀ ਹੈ ਦੋ ਮਾਤੇ ਵੀ। ਮੈਂ ਮੇਰੇ ਤੇ 4 ਹੈ। 4 ਹੈ। ਮੈਂ ਮੇਰੇ ਉੱਥੇ 10 ਵਜੇ ਰਾਤ ਦੇ। ਫਿਰ ਅਗਲਾ ਛੱਡਦਾ ਨਹੀਂ ਹੈਗਾ ਵੀ ਹੁਣ ਇੱਕ ਕਾਹਨੂੰ ਛੱਡਣਾ ਵਿੱਚ ਵੱਢਦੇ। ਹਾਂ ਇਹਨਾਂ ਨੂੰ ਉਸ ਪੈ ਜਾਂਦੀ ਹੈ। ਹੋਰ ਮੈਂ ਮੇਰੇ ਤੇ ਕੱਲ੍ਹ 12 ਵਜੇ ਮਸ਼ੀਨ ਲਾਈ ਹੁਣ। ਕਹਿੰਦਾ ਕੱਲ੍ਹ 2 ਕਿੱਲੇ ਵੱਢ ਕੇ ਪਹਿਲਾਂ ਪਤਾ ਨਹੀਂ ਕਿਹਦੇ ਵੱਢਣੇ ਆ। ਅੱਛਾ ਕਹਿੰਦਾ ਤੇਰੇ 12 ਵਜੇ ਮਸ਼ੀਨ ਖੇਤ 'ਚ ਹੋਊਗੀ। ਮੈਂ ਠੀਕ ਹੈ, ਮੈਂ ਮੇਰੇ ਕੱਲ੍ਹ ਨੂੰ ਵੱਢਦੀ। ਠੀਕ ਨਹੀਂ ਗੱਲ? ਠੀਕ ਆ। ਤੇ ਮੇਰੇ 2 ਭਰਮੂਗੀ ਤਾਂ ਸਹੀ। ਕੋਈ ਨਹੀਂ, 1 ਦਿਨ ਦਾ ਕੋਈ ਫਰਕ ਨਹੀਂ ਹੈਗਾ, ਮੌਸਮ ਠੀਕ ਆ, ਕੋਈ ਨਹੀਂ ਹੈਗਾ। ਵੱਢ ਤਾਂ ਇਕੱਠੇ ਹੋ ਜਾਣਗੇ। ਵੱਢ ਇਕੱਠੇ ਹੋ ਜਾਣੇ ਉੱਥੇ। ਇਹਦੇ ਹੁਣ 5 ਵੱਢ ਹੋ ਗਏ, 5 ਵਜੇ ਥੋੜ੍ਹੇ ਜਿਹੇ ਰਹਿ ਗਏ। 2 ਟਰੇਲੇ ਭਰ ਗਏ ਇਹਦੇ। ਠੀਕ ਆ। ਬੜਾ ਝਾੜ ਦੇਤਾ। ਇੱਕ 18 ਮੁੰਡਾ ਭਰ ਗਿਆ, ਇੱਕ ਭਰ ਗਿਆ ਤੇਰਾ ਦੂਗਾ 14 ਫੁੱਟਾ। ਜੇ ਕਹਿੰਦਾ ਬਿਮਾਰੀ ਪੈ ਗਈ ਤੀ, ਐਂ ਕਹਿੰਦੇ ਵੀ ਹੈ ਹੀ ਨਹੀਂ ਜੀਰੀ, ਸੁੰਡੀ ਬਹੁਤ ਪੈ ਗਈ ਤੀ। ਬਹੁਤ ਸੁੰਡੀ ਪਈ ਇਹਦੇ, ਕਹਿੰਦੇ ਖਤਮ ਹੋ ਗਈ। ਕਹਿੰਦੇ ਖਾਲੀ ਉਹੀ ਵੱਢੀ ਹੈ। ਫਿਰ ਕਹਿੰਦੇ ਖਤਮ ਹੋ ਗਈ, ਖਤਮ ਹੋ ਗਈ ਸਾੜੀ ਵੇਚਣੀ ਕਹਿੰਦੇ। ਕਹਿੰਦੇ ਖਤਮ ਹੋ ਗਈ ਜੀਰੀ ਸਾੜੀ ਵੀ ਵੰਡ 'ਚ। ਬਥੇਰਾ ਬਥੇਰਾ ਪਈ ਵੰਡ ਪਈ ਤੀ ਜ਼ਿਆਦਾ, ਪਤਾ ਜੀ ਲੇਟ ਲੱਗੀ ਨਾ ਜੀਰੀ ਉੱਥੇ, ਮੂਹਰੇ ਬਾਹਰ ਲੱਗੀ ਹੈ ਸੁੰਡੀ ਦਾ, ਜ਼ਿਆਦਾ ਚੱਕਰ ਪੈ ਗਿਆ ਉੱਥੇ। ਹਾਂ ਝਾੜ ਪੂਰਾ ਦਿੱਤਾ ਭਾਈ, ਰਹਿ ਗਈ 2 ਵਿਘੇ ਜਗ੍ਹਾ। ਠੀਕ ਹੈ, ਉੱਥੇ ਮੰਡ 'ਚ ਇਹਦੀ ਮੰਡ 'ਚ ਇਹ ਤਾਂ ਫਿਰ ਪਰਾਂ ਜਿਹੜਾ ਖੇਤ ਇੱਕ ਹੋਰ ਤੇ ਪਾਪੂ ਉਹ ਪਿਆ 5 ਕਿੱਲੇ ਉਹ ਰਹਿੰਦੇ ਹਲੇ, ਉਹ 5 ਕਿੱਲੇ ਪਏ ਉਹ ਵੱਢਣੇ ਆ ਹੁਣ। ਪਰ ਹੁਣ ਥਾੜੀ ਕੱਲ ਨੂੰ ਵੱਢੂਗਾ ਇਹ ਹੱਥ ਵਾਲੀ ਜੀਰੀ। ਅੱਛਾ, ਰੱਬ ਸੁੱਖ ਰੱਖੇ, ਝੱਲੀ ਵਾਲੀ ਨਹੀਂ ਆਹ ਜੀਰੀ। ਅੱਛਾ, ਆਹ ਵੱਢ ਕੇ ਥਾੜੀ ਫੇਰ ਇਹਨੇ ਵੱਢਣੀ ਹੋਰ ਦੀ ਕਿਸੇ ਦੀ। ਪਹਿਲਾਂ 2-7 ਪਹਿਲਾਂ 2 ਕਿੱਲੇ ਹੋਰ ਦੇ ਵੱਢਣੇ, ਫੇਰ 7 ਵਾਰ ਕਿਸੇ ਦੀ ਵੱਢਣੀ ਹੈ। ਮੈਂ ਮੇਰੀ ਦੁਪਹਿਰੇ ਨੂੰ ਵੱਢੀ। ਠੀਕ ਹੈ, ਬਾਕੀ ਉਹ ਵੱਢਣੀ ਹੈ 2 ਦਿਨ ਤੋਂ ਬਾਅਦ। ਫਿਰ ਇਹਨੇ ਆਪਣੀ ਵੱਢਣੇ ਆ, ਫਿਰ 5 ਕਿੱਲੇ ਇਹਦੇ ਹੋ ਗਏ, ਉੱਥੇ 4 ਸਾੜੇ ਹੋ ਗਏ। ਵਹੀ ਵੱਢ ਹੋਣੇ ਆ ਫਿਰ ਇਹਦੇ, ਉਹੀ ਵੱਢ ਹੋਣੇ ਦਿਹਾੜੀ 9 ਕਿੱਲੇ ਮਸੀ ਵੱਢ ਹੁੰਦੇ ਆ। ਇੰਨੇ ਉਹ ਜਿੱਦਣ ਦੀ ਵੱਢਣ ਲੱਗੇ ਮੈਂ ਉਧਰ ਤੇ ਅਸੀਂ ਦੇਖਦਾ ਵੀ 8-9, 7-8-9 ਇੱਥੇ ਐਵਰੇਜ ਆ। ਇੱਥੇ ਆਉਂਦੇ ਆ ਦਿਨ ਹੋ ਗਏ ਛੋਟੇ, ਦਿਨ ਉਹ ਛੋਟੇ ਉਸ ਪੈਂਦੀ ਜ਼ਿਆਦਾ, ਉਸ ਵੀ ਜ਼ਿਆਦਾ ਪੈਂਦੀ ਆ, ਉਸ ਜ਼ਿਆਦਾ ਪੈਣ ਲੱਗ ਗਈ, ਸੁੱਕਦੀ ਉਹ ਨਹੀਂ ਉਸ। ਆ ਹੁਣ ਦੇਖ ਲੈ ਹਲੇ 6 ਵਜੇ ਹੋਣੇ ਆ। ਹਾਂ ਉਹ ਕਰਨ ਲੱਗ ਗਈ, ਉੱਥੇ ਵੱਢ ਜਾ ਖੱਬੜ ਜਾ, ਉਸ ਲੱਗੂਗੀ ਪੈਰਾਂ ਵੱਧ ਤੇ ਵੱਧ 1-1.5 ਕਿੱਲਾ ਹੋਰ ਵੱਢ ਦੂੰਗਾ। ਤਾਂ ਹੀ ਮੈਂ ਇਹਨੂੰ ਕਿਹਾ ਮੈਂ ਹੁਣ ਤੂੰ ਮੇਰੇ ਪੰਗਾ ਨਾ ਲੈ ਬਾਈ, ਜਿਹੜੇ ਰਹਿੰਦੇ ਉਦੇ ਹੀ ਵੱਢੇ ਆ। ਜੇ ਤੇਰੇ ਲੱਗ ਜਾਂਦੀ ਇਹਨੇ 3 ਵੜ ਦਿੰਦੇ, ਇੱਕ ਰਹਿ ਜਾਂਦਾ, ਹੁਣ ਵੀ ਉਹਨੂੰ ਵੀ ਉਸ ਪੈ ਜਾਂਦੀ ਇੱਕ ਨੂੰ। ਹਾਂ ਸਵੇਰੇ ਵੀ ਉਸ ਰਹਿਣ ਦੀ, ਉਪਜਾਲਾ ਜਾਣਾ ਨਹੀਂ। ਕੱਲ ਨੂੰ ਠੀਕ ਆ, ਵਧੀਆ। ਕੱਲ ਨੂੰ ਮੈਂ ਕਿਹਾ ਇਹਨੂੰ, ਮੈਂ ਕੱਲ ਨੂੰ ਵੱਢੀ ਯਾਰ, ਟਰੈਲਰ ਮੈਂ ਖੜਾ ਤੇ 2 ਖੜੇ ਆ। ਨਹੀਂ ਟਰੈਲਰ ਮੈਂ ਦੇਖਿਆ, ਮੈਨੂੰ ਕਾਹਨੇ ਤਾਂ ਕੱਲ ਕਹਿੰਦਾ ਤਾਂ ਸਵੇਰ, ਕਹਿੰਦਾ ਕੱਲ ਨੂੰ ਜੀਰੀ ਵੱਢਣੀ ਹੈ, ਕਦੋਂ ਵੀ ਕਹਿੰਦਾ ਤਾਂ। ਮੈਂ ਤਾਂ ਹੀ ਦੇਖਾਂ, ਮੈਂ ਟਰੈਲੇ ਖੜੇ, ਫਿਰ ਮੈਂ ਉੱਥੇ ਗਿਆ ਤਾਂ ਮੈਂ ਤਾਂ ਆਨੰਦ ਕਾਰਜ ਕਰਾਉਣ ਤੇ ਗੁਰਦੁਆਰਾ ਸਾਹਿਬ ਜਾ। ਜਮਾ ਆਇਆ 2:30 ਵਜੇ ਦੇਖੇ ਟਰਾਲੇ ਫੇਰ ਖੜੇ, ਮਹਾ ਆਈ ਆ ਜਾਂਦੀ ਹੁਣ ਕਾਲੇ ਵਾਲੀ ਐ ਸਾਹਿਬ ਜੀ, ਉਹਦੇ ਵੱਢਣੀ ਚੱਲੀ ਹੋਣੀ ਹੁਣ। ਉਹ ਪਨੀਰੀ ਵਾਲਾ ਰਹਿਣ ਤਾਂ ਇਹਦਾ। ਹਾਂ ਪਨੀਰੀ ਵਾਲਾ ਰਹਿਣਾ ਉਹਦਾ। ਹਾਂ ਲੇਟ ਤਾਂ ਸੀ, ਕਿੱਥੇ ਵੱਢਣ ਚੱਲੀ ਹੈ। ਇੱਥੇ ਨੂੰ ਕਟਰ ਲੱਗਿਆ ਪਤਾ ਨਹੀਂ ਮੁੜਦੀ ਮਸ਼ੀਨ ਕਿੱਥੇ ਨੂੰ? ਇੱਥੇ ਕਟਰ ਲੱਗਿਆ ਮੁੜ ਜਾਂਦੀ, ਮੁੜ ਜਾਂਦੀ ਹੈ। ਚੱਲ ਕੋਈ ਠੀਕ ਹੈ ਜੀ, ਮੁੜ ਜਾਂਦੀ ਹੈ। ਇਹਨੂੰ ਵੀ ਦੇਖ ਲੂੰਗੇ ਜੇ ਟਰੈਲਾ ਹੁਣ ਆਇਆ ਨਹੀਂ ਕਰ ਦੇਣਾ ਸੀ ਕਹਿਲੇ ਆਹ ਪਨੀਰੀ ਵਾਲਾ। ਆਹੋ ਠੀਕ ਨਹੀਂ, ਆਹੋ ਜੇ ਟਰੈਲਾ ਕੱਟ ਰਿਹਾ। ਹਾਂ ਫਿਰ ਆਪ ਪਾ ਦੂੰਗੇ ਵਿੱਚ। ਠੀਕ ਹੈ ਠੀਕ ਹੈ ਠੀਕ ਨਹੀਂ, ਤੇ 2 ਫੁੱਲ ਹੋ ਜੂਗੇ। ਮੁੜੇ ਆਉਂਦੀ ਉਹ ਕਟਰ ਲੱਗਿਆ ਪੈਦਾ ਤੇ ਮੁੜ ਆਉਂਦੀ ਉਹ ਚੌੜਾ ਰਹੂਗਾ ਨਾ ਰਸਤਾ। ਆਹ ਹਾਂ ਉਹ ਚੌੜਾ ਕਰਤਾ ਇਸ ਨੂੰ, ਇੱਕ ਚੌੜਾ ਕਾ ਟੱਟਾ ਜੇ ਲਾ ਤੇ ਥੱਲੇ, ਬਾਕੀ ਕਿੰਕਰ ਜਿਹੜੀ ਮਕਾਨਾਂ ਦੀ ਟੁੱਟ ਭਾਂਜੀ ਤੇ ਹੋ ਗਈ ਸਾਰੀ ਇੱਥੇ ਜਾ ਕੇ। ਠੀਕ ਹੈ, ਵਧੀਆ ਬਣਾਤਾ ਪੱਕਾ ਰਸਤਾ, ਕੱਲ ਨੂੰ ਦੇਖਦਾ ਮੈਂ ਇਹਨੂੰ ਗੈਲੇ ਵਧਵਾ ਦੇਣਾ ਜੀ। ਠੀਕ ਨਹੀਂ, ਪਰ ਉਹਨਾਂ ਉੱਥੇ ਕਹਿੰਦੇ 4 ਕਿੱਲੇ ਹੈ। ਕਿੱਥੇ? ਉੱਥੇ ਪੌਣੇ 4 ਕਿੱਲੇ ਪੌਣੇ 4 ਇੱਥੇ। ਹਾਂ ਜਿਉਣੇ ਰਹਿ ਗਏ, ਜੇ ਭਰ ਗਏ ਫਿਰ ਦੇਖੀ ਜਾਊ, ਜੇ ਰੱਬ ਨੇ ਭਰਤੇ ਵਧੀਆ। ਲੇਟ ਲੱਗੀ ਵਧੀਆ, ਐਂ ਤਾਂ ਬਿਮਾਰੀ ਤੇ ਜਿਹੜੀ ਬਿਮਾਰੀ ਦੇ ਸਾਂਭ ਗਿਆ ਤੁਸੀਂ ਖੇਚ ਵਾਲੀ ਬਹੁਤ ਕਰੀ ਆ। ਸਪਰੇਹਾਂ ਵੀ ਮੈਂ ਕਿਹਾ 2-3 ਕਰਕੇ, 2 ਸਪਰੇਹਾਂ ਕਰਤੀਆਂ, 2 ਸਪਰੇਹਾਂ ਲਗਾਤਾਰ, 2 ਹੋਈਆਂ, 3 ਸਪਰੇਹਾਂ ਹੋ ਰਹੀਆਂ ਉੱਥੇ। ਆਹੀ ਸੁੰਡੀ ਦੇ ਵਿੱਚ 2 ਲਗਾਤਾਰ ਹੋਈਆਂ ਜੇ ਸੁੰਡੀ ਪਈ, ਸਾਡੇ ਨੇਤਰਾਂ ਦੀ ਸਪਰੇ ਸੁੰਡੀ ਉਹਦੇ ਕਰਕੇ ਰਹਿ ਗਈ, ਸਪਰੇ ਕਰਕੇ ਰਹਿ ਗਈ ਜਿਹੜੀ ਬਿਮਾਰੀ ਪਈ। ਪਰਾਲੀ ਵੀ ਕਾਲੀ ਹੋ ਗਈ, ਪਰਾਲੀ ਹੋ ਗਈ, ਪਰਾਲੀ ਵੀ ਹੋ ਗਈ ਕਾਲੀ, ਸਪਰੇ ਦੀ ਕਸਰ ਰਹਿ ਗਈ। ਹਾਂ ਇਹਨਾਂ ਟ੍ਰੇਨ ਲੱਗੀ, ਇਹਨਾਂ ਇੱਕ ਵੀ ਨਹੀਂ ਕਰੀ, ਮੈਂ ਕਹਿੰਦਾ ਇੱਕ ਵੀ ਨਹੀਂ ਕਰੀ ਹੈਗੀ, ਇਹਨਾਂ ਨੇ ਇਹਨਾਂ ਮੰਡਵਾ ਵੀ ਨਹੀਂ ਕਰੀ, ਮੰਡ 'ਚ ਕਰਤੀਆਂ ਚਾਚੇ ਨੇ। ਤੁਸੀਂ ਪਤਾ ਨਹੀਂ ਬਾਸਮਤੀ ਵੀ
बीमारी जी लगी ना थोड़ी टगी जी पैन फिर चाहे समय दबली करी है बहुत फायदा कर बीमारी उठी कढ़ाती ना पैन दिखी गां जी मशीन का भी भज दौड़ वाली कम रह गया बिटू अज फलाने की चलनी है कहना एक बंद दो दिहाड़ी भी लगती है इन्ने प्लाट है मेरी गल थोड़ी मशीन अपना एरिया पॉपुलर करके पॉपुलर एरिया अपना जे कि आह एरिया पत्थर हो टपरिया सही रख ला दूंगा कि एरिया जे इधर मशीन बढ़ गई तो निकल जूगी निकल नहीं सारी इधर चलू सारी है कि नहीं देख ला मेरे मैं तेन कहना नहीं आह गया देख ला बार आने लग गया हूँ हूँ सियास स्टार्ट हो गया यह आने लग गया वो दिखा दी दिन दिन भावाल रात नूं पिंड बने उड़ी अस उही नहीं गए है कल फिर उ अपनी अपनी रह जानी थी आहा लग गया महा हूं पिंड को आया हूं फाले सैट करवा के रखा के आया उन्हां ते क्या करया फाले नु मुरे रख ते कड के हां मैं कल ही ना चिंबड़ जो सज रही अच्छा मैं मसा पेंटर आया साडा मैं तुसी फिर भजा देना मन लगदा अब ठीक है गल यार हुण टाइम है हुण कर दूंगा तैयार इनु कलू ओदे मेरे फाले मेरे नंबर है देख आया जेड़ा सामान रखया है कट के ਚੱਲ ਕੱਢ ਲੂੰਗਾ ਛੱਕ ਕੰਡਾ ਹੈਗਾ ਉਹਨਾਂ ਪਾ ਹੁਣ ਤੋਲ ਲਓ ਭਾਈ ਨੂੰ ਠੀਕ ਨਹੀਂ ਗੱਲ ਸਾਢੇ ਤਿੰਨ ਕੁਇੰਟਲ ਦੇ ਤਾਂ ਹੁਣ ਵੀ ਹੋਣੇ ਉਹ ਚਾਰ ਜਣਿਆਂ ਨੇ ਚੱਕੇ ਆ ਸੀ ਚੱਕ ਨਹੀਂ ਤੇ ਹੁੰਦੇ ਹਲ ਢੂਈ ਦੱਲਾ ਆਣੇ ਵਾਲਾ ਕੰਮ ਦਾ ਹਾਲੇ ਪੰਜ ਮੈਂ ਤਾਂ ਐ ਕਹਿੰਦਾ ਤੇ ਕੱਲ ਨੂੰ ਹਲੋ ਜੇ ਊਣਾ ਰਹੇਗਾ ਆਪਣਾ ਟਰੇਲਾ ਉੱਥੇ ਜਾਂ ਬੜਾ ਝੱਲੀ ਆ ਹਟਾ ਦਈਏ ਮੈਂ ਤੈਨੂੰ ਕਹਿਤਾ ਹੈਗਾ ਵੀ ਪੀਸੀ ਲਾ ਲੈ ਜਾ ਬਸ ਠੀਕ ਨਹੀਂ ਗੱਲ ਨਹੀਂ ਰਹਿੰਦਾ ਊਣਾ ਨਹੀਂ ਊਣੇ ਨਹੀਂ ਰਹਿੰਦੇ ਉੱਥੇ ਰਹਿੰਦੇ ਨਹੀਂ ਨਹੀਂ ਰਹਿੰਦੇ ਕਾਲੀ ਜੀਰੀ ਦੇਖ ਕੇ ਅੱਜ ਮੈਨੂੰ ਹੌਸਲਾ ਜਿਹਾ ਹੋ ਗਿਆ माल लाया 150 क्विंटल दे उपर दो बिगे जगह रही उत्थे झाड़ देखी कि 26
ਮੈਨੂੰ ਬਾਤ ਫੋਨ ਆਇਆ ਕਹਿੰਦੇ ਬਾਈ ਕਹਿੰਦੇ ਤੂੰ ਝਾੜ ਦੇਖੀ ਕਹਿੰਦੇ ਛੱਬੀ ਦਾ ਹੁਣ ਕਹਿੰਦੇ ਵੀ ਛੱਬੀ ਅਸੀਂ ਲਾਈ ਆ ਛੱਬੀ ਦਾ ਝਾੜ ਜੇ ਉਹਨਾਂ ਕਹਿੰਦੇ ਸਾਡੇ ਖੇਤੀ ਵੀ ਜੇ ਕਹਿੰਦੇ ਉਹਨਾਂ ਖੇਤੀ ਦੇ ਵੀ ਝਾੜ ਦੋ ਕਹਿੰਦੇ ਪੂਛਾ ਪੰਗਾ ਝਾੜ ਦਊਗੀ ਐਂ ਦੱਸ ਦੇ ਦੇਖੀ ਜਾਂਦੀ ਆ ਬਾਈ ਵੀ ਕਿੰਨਾ ਕੁ ਝਾੜ ਆਉਂਦਾ ਕਿਉਂਕਿ ਦੱਸਾਂ ਕਿਆ ਚੱਕਰ ਹੈ ਥੋਕ ਨਹੀਂ ਹੈਗੀ ਥੋਕ ਨਹੀਂ ਹੈਗੀ ਦਾਣਾ ਥੱਲੇ ਰਾਜਾ ਖੀਰ ਲਾ ਦਾਣਾ ਵੀ ਦੇਖਿਆ ਮੈਂ ਖੀਰ ਲਾ ਦਾਣਾ ਜਿਹੜਾ ਹੇਠ ਦਾ ਉਹਦੇ ਵੀ ਪੋਥਾ ਰਹਿ ਜਾਂਦਾ ਉਹ ਵੀ ਉਹ ਦਾਣਾ ਫੁੱਲ ਐਂ ਟੈਟ ਹੋਇਆ ਪਿਆ ਉਹ ਹਰਾ ਮੜਾ ਜਾ ਟੈਟ ਹੋਇਆ ਪਿਆ ਹੁਣ ਤਾਂ ਪੱਕ ਗਈ ਨਹੀਂ ਪੂਰਾ ਦਾਣਾ ਫੁੱਲ ਟੈਟ ਆ ਦਾਣਾ एक दाने लगी सौ दाना गाय लपेट लेना काला कर लेना पंगा पैंता उस आली का ਮੈਂ ਤਾਂ ਆਹੀ ਵਢਾਉਂਦਾ ਨਹੀਂ ਮੈਂ ਧੁੱਪ 'ਚ ਵੱਢਣੀ ਆ 1 ਵਜੇ ਮਸ਼ੀਨ ਲਾਉਣੀ ਆ 4 ਵਜੇ ਵੱਢਦੇ ਹੁਣ ਕਹਿੰਦਾ ਕੱਲ 2 ਕਿੱਲੇ ਵੱਢ ਕੇ ਆਉਂਗਾ 2 ਵੱਢ ਕੇ ਆ ਜਾ ਉਹ 11 ਵਜੇ 2 ਵੱਢ ਹੋਣੇ 12 ਵਜੇ ਤੱਕ 1 ਵਜੇ ਤੱਕ ਬਸ 2 ਵੱਢ ਕੇ ਆ ਜਾ 2 ਵੱਢ ਕੇ ਆ ਜਾਗਾ ਬਸ ਉੱਥੇ ਵਾਲੀ ਕਹਿੰਦਾ ਇੱਕ ਦਿਨ ਹੀ ਆਉਣਾ ਕਹਿੰਦਾ ਉਦੋਂ ਇਕੱਠਿਓ ਵੱਢ ਲੈਣੀ ਮੈਂ ਵੱਢ ਲਈ ਉਦੋਂ ਵੀ ਨੂੰ ਕਹਿੰਦਾ ਪਹਿਲਾਂ ਆਪਣੇ ਭਰ ਲੈ ਬਾਅਦ ਮੇਰੇ ਭਰ ਲੈ ਹਾਂ ਠੀਕ ਆ ਗੱਲ ਨਾ ਠੀਕ ਆ ਠੀਕ ਆ ਉਹਦੇ ਬਾਅਦ ਰਹਿਣਾ ਝੱਲੀਆਂ ਵਾਲਾ ਹੀ ਰਹਿ ਗਿਆ ਕਹਾ ਜਾ ਕਹਾ ਰਹਿਣਾ ਬਸ ਮੈਂ ਸਵਾਗਾ ਦੇ ਕੇ ਆਇਆ ਮੈਂ ਉਹਨੂੰ ਕਿਹਾ ਮੈਂ ਟਰੈਕਟਰ ਗਰਮ ਤਾਂ ਨਹੀਂ ਹੋਊਗਾ ਕਹਿੰਦਾ ਬਾਈ ਬੈਠਾ ਨਹੀਂ ਮੈਂ ਜਾਂ ਮਰਜੀ ਹੋਊਗਾ ਇਹਦਾ ਵੀ ਸਵਾਗਾ ਦੇ ਕੇ ਮੈਂ ਮਾਰਿਆ ਵਾ ਤੇ ਤੂੰ ਮਾਰ ਕੇ ਆਇਆ ਮੈਨੂੰ ਖੇਤ ਤਾਂ ਥੋੜੋ ਦਾ ਵੀ ਖੇਤ ਪੱਠ ਹੋ ਜੇ ਮੇਰਾ ਐ ਹੋ ਜੇ ਮੈਂ ਤਾਂ ਐਦਾ ਵੀ ਖੇਤ ਦੱਬ ਹੋ ਜਵੇ ਖੇਲਣ ਰੁਕੇ ਸੁੱਕਾ ਇੱਥੇ ਸਿਆੜ ਵੀ ਛੱਡਤੇ ਕਈ ਤਾਂ ਇੰਨੇ ਜਗ੍ਹਾ ਫਾਟ ਆਇਓ ਰਹੇਗੀ ਇਹ ਤੂੰ ਮਾਰ ਕੇ ਆਇਆ ਹੁਣ ਹੋਰ ਕਿ ਮੈਂ ਦੁਬਾਰੇ ਮਾਰ ਕੇ ਹੁਣ ਦੇਖੀ ਸਵਾਗਾ ਵੱਜਿਆ ਚੱਲ ਮੈਂ ਫੇ ਕੱਲ ਤੱਕ ਭਰਾਤੇ ਜੇ ਮਾਰ ਮੈਨੂੰ ਉੱਧਰ ਉਹਦਾ ਫੋਨ ਆਇਆ ਕਹਿੰਦਾ ਮਸ਼ੀਨ ਆਣੀ ਆ ਟਰਾਲਾ ਪਾ ਲਿਆ ਮਸ਼ੀਨ ਆ ਲੱਗੇ ਮੈਂ ਟਰਾਲਾ ਪਾ ਲਾ ਮਹਾ ਇੱਕ ਵਜੇ ਤੇਰੇ ਖੇਤ ਮਸ਼ੀਨ ਆ ਜਾਣੀ ਜਾਂ ਮੈਂ ਗਾਂ ਗਿਆ ਸਵਾਗਾ ਮੈਂ ਕਿਹੜਾ ਆਪਣੇ ਵਾਲੇ ਮਗਰ ਪਾਇਆ ਵਿੱਕੀ ਵਾਲੇ ਮਗਰ ਪਾਇਆ ਵਿੱਕੀ ਵਾਲੀ ਚਲੇ ਗਿਆ ਮੈਨੂੰ ਤਾਂ ਉੱਥੇ ਜੱਗਾ ਮਿਲ ਗਿਆ ਪਹਿਲਾਂ ਜੱਗਾ ਕਹਿੰਦਾ ਅੱਜ ਗਿਆ ਇੱਕ ਬੀਜਾ ਲਾਗੋ ਭੱਜ ਗਿਆ ਉਹ ਫੌਰਨ ਮਹਾ ਕੁਛ ਨਹੀਂ ਬੀਜਿਆ ਕਹਿੰਦਾ ਤੁਹਾਡਾ ਇਹਦਾ ਹੋ ਟੀਲਾ ਹੋਣਾ ਪੂਰਾ ਨਹੀਂ ਟੀਲਾ ਨਹੀਂ ਹੈਗਾ ਜਗ੍ਹਾ ਯਾਰ ਸਿਰੇ ਥਾਈ ਉਹ ਬੁੱਢੀ ਰਹੀ ਸੀ ਫੇਰ ਤਾਂ ਟੀਲਾ ਹੋਊਗਾ ਨਹੀਂ ਮੋਟਰ ਕੋਲ ਤੇ ਟੀਲਾ ਹੋਊਗਾ ਭਰ ਗਿਆ ਟਰੱਕ ਉਹ ਟੈਂਕ ਤਾਂ ਹੀ ਘੜਾ ਕੇ ਖੜ ਗਿਆ ਉਹ ਗੇੜਾ ਹੀ ਨਹੀਂ ਆਇਆ बहुत बाही हो जाती है सुपर सीडर सीधी बजा के परे करेगा ट्राली जाऊंगे बीज रखी बैठा बीजने कहना कड लो आए मैं इन्हें कणक बीज देनी ਕਹਿੰਦਾ ਕੁਛ ਨਹੀਂ ਹੁੰਦਾ ਕਹਿੰਦਾ ਵਿੱਚ ਨੂੰ ਕੱਢ ਲੈ ਜੀ ਹੁਣ ਸਾਡਾ ਹੁਣ ਕੰਮ ਲੋਟ ਆ ਜਾਣਾ ਹੁਣ ਮਸ਼ੀਨ ਸਾਡੇ ਆਈ ਨਹੀਂ ਸਵੇਰ ਨੂੰ ਇੱਧਰ ਨੂੰ ਘੁਮਾ ਲੈਣੀ ਅਸੀਂ
ਕਟਰ ਲੈਣਾ ਖੋਲ ਉਹਦਾ ਕਟਰ ਖੋਲ ਕੇ ਲੈ ਜਾਣੀ ਖੇਤ ਚ ਪਾ ਲੈਣੀ ਖੇਤ ਚ ਪਾ ਲੈਣਾ ਉੱਥੇ ਜਾ ਕੇ ਇੱਥੇ ਨੂੰ ਜਾਂਦੇ ਤਿੰਦਰਾਂ ਦੀ ਮੋਟਰ ਕੋਲ ਨੂੰ ਤਿੰਦਰਾਂ ਦੀ ਮੋਟਰ ਕੋਲ ਨੂੰ ਦੇਖਣਾ ਰਸਤਾ ਹੀ ਚਲੇਗੀ ਚੱਲ ਜਾਣੀ ਚੱਲ ਜੂਗੀ ਗਾਂ ਉਹ ਖੇਤ ਵਿੱਚ ਆ ਗਿਆ ਕਿਹੜਾ ਉਹਦਾ ਦਰਸ਼ਨ ਵਾਲਾ ਜਾ ਬੜੇ ਅਰੇ ਖੇਤ ਚ ਜਾਣੀ ਹੈ ਰਸਤੇ ਲੰਘ ਜੂ ਕਟਰ ਲੱਗਿਆ ਲਾ ਨਾਲ ਕਟਰ ਲੱਗਿਆ ਹੋਇਆ ਖੋਲ ਕੇ ਲੈ ਜਾਣਾ ਮੈਂ ਬਹੁਤ ਜਗ੍ਹਾ ਹੈ ਉੱਥੇ ਨਾ ਚੱਲ ਜਾਊਗੀ ਜਾਣੀ ਕਟਰ ਲੱਗਿਆ ਮੈਂ ਖੋਲ ਕੇ ਚੱਲ ਜਾਊਗੀ ਕਟਰ ਲੱਗਿਆ ਹੋਇਆ ਉੱਥੇ ਲਾਉਣਾ ਖਾਣਾ ਕਟਰ ਉੱਧਰ ਖੇਤ ਵੇਲੇ ਉੱਥੇ ਲਾ ਦੂੰਗੇ ਆਹੋ ਉੱਥੇ ਲੱਗ ਜਾਣਾ ਯਾਰ बाकी सारे घूम गए आले दाले भी घूम गए आले दाले वाला कहां है आले दाले वाला आई सारे हाईओ ने हां किधरो रोड के नहीं कहता हो रहा है रोड वाला खाली बच गया है अच्छा उधर जो बंसंगले भी करना है हाँ वो तो कबिया डोल पर तन लगा है वो बढ़ने वाला है नहीं अगर डोल बढ़ता है तो डोल बढ़ होता है वो तो मैं सही वगैरह आ गया अंदर ठीक है फिर ठीक है हो निपट गया काम सफेद में इतनी चलो ਕੱਲੂ ਇੱਧਰ ਕਰ ਦੋ ਅਸੀਂ ਬਟਾਉਣੀ ਜੀਰੀ ਗੱਲ ਨੂੰ ਐਦਾਂ ਜੀਰੀ ਚ ਆਜ ਕਾ ਬੰਦਾ ਆਜੇ ਗਿਆ ਕਰਨਜੀਤ ਬੋਲਾ ਕਿ ਪੁੱਛਾ ਤੇ ਬੋਲਾ ਅੱਜ ਬਟਾ ਬਣਾਣੇ ਗਿਆ ਹੈ ਉਹ ਕਿੱਥੇ ਆਈ ਉਹਨੇ ਮਸ਼ੀਨ ਆ ਰਹੀ ਮਸ਼ੀਨ ਲੇਟ ਹੋ ਗਈ ਹੁਣ ਮਸ਼ੀਨ ਆਣੀ ਸੀ 5 ਵਜੇ ਮੈਂ ਨਹੀਂ ਬਣਾਉਣੀ ਰਾਤ ਨੂੰ ਹੁਣ ਉੱਥੇ ਗਊ ਹਲੇ ਨੀਲ ਗਊਆਂ ਲਖੀਆਂ ਵਿੱਚ ਨੂੰ ਉਹ ਵੀ ਚੱਕਣਾ ਹੈ ਦਿਨ ਦਾ ਕੰਮ ਹੈ ਉਹ ਕੱਲੂ ਨੂੰ ਆਪਾਂ ਨੇ ਜਾ ਕੇ ਪਹਿਲਾਂ ਉਹ ਚੱਕਣੀ ਆ ਸਾਜਰੇ ਕਿਆ ਇਹਨੇ ਉੱਧਰ ਵੱਢਣੇ 2 ਕਿੱਲੇ ਜਿੰਨੇ ਨੂੰ ਹਾਂ ਉਹ ਵਿਚਲੀਆਂ ਲੀਆਂ ਜਾਂ ਚੱਕ ਕੇ ਛੱਡਦੀ ਏ ਮਸ਼ੀਨ ਨੇ ਨਹੀਂ ਚੱਕਣੀਆਂ ਉਹ ਚੱਕੂਗੀ ਨਹੀਂ ਉੱਥੇ ਗਾਂ ਜੀਰੀ ਖੜੀ ਆ ਮਸਲ ਨੀਵੀ 4 ਫਾਂਟਾਂ ਨੂੰ ਕਿਹੜਾ ਡੱਕਾ ਕਰਦਾ ਉਹ ਤੁਸੀਂ ਵਿੱਚ ਘੁੰਮ ਲੋ ਉਨੀ ਜਗ੍ਹਾ 2-3 ਲੀਆਂ ਆ ਕੇ 1 ਘੰਟਾ ਲਾ ਦੋ ਉੱਥੇ ਮੈਂ ਤੁਹਾਨੂੰ ਦੱਸਤਾ ਚੱਲ ਦਿਨੋਂ ਨੂੰ ਗੱਲ ਲੈ ਜੁਲੂਗੇ ਲੈ ਚੱਲੂ ਹਾਲ ਤੋਂ ਆਪਣੇ ਬੱਲੇ ਉੱਥੇ ਰਹੇਗਾ ਆਪਣਾ ਬੁਲਾ ਲੈ ਜੀਏਗਾ ਆ ਇਹਨੂੰ ਬੁਲਾ ਲੂੰਗੇ ਯਾਰ 1 ਘੰਟਾ ਲੱਗਣਾ 2 ਘੰਟੇ ਉੱਥੇ ਬੁਲਾ ਲੂੰਗੇ ਇਹਨਾਂ ਨੂੰ ਜਦੇ ਬਿਠਾ ਲਿਓ ਗੱਲ ਗੱਲ ਚੱਕੀ ਜਾਣੀ ਚੱਲ ਦੇਖਦੇ ਹਾਂ ਕੱਲੂ ਸਵੇਰੇ ਅੰਦਰ ਤਾਂ ਅਸੀਂ ਕਰਤੀ ਉਹ ਗੱਲ ਦੀ ਗੱਲ ਨਹੀਂ ਚੱਕ ਹੋਣੇ ਜਿਹੜੇ ਚੱਕ ਨਹੀਂ ਹੁੰਦੀ ਜਿਹੜੀ ਮਸਲ ਬਿਨਾ ਮਸ਼ੀਨ ਤੇ ਚੱਕ ਕੇ ਉੱਪਰ ਰੱਖ ਹੋ ਜਾਣੀ ਨਾ ਉਹ ਵਧੀਆ ਜੀ ਪਹਿਲਾਂ ਲੈ ਜੀ पक्की कठी नी है रेता नी राजे एक कह रहे टोटा वध पिया जूगी कहना माड़ी है ओही नी हली पक्कदा एक कह रहा था बाकी सारी ठीक है जीरी भी देला कई ਇਹਦੇ ਚ ਹਾਂ ਜੀਰੀ ਤਾਂ ਹੈਗੀ ਚਲ ਛੀਰ ਤੇ ਰਾਗੀ ਨਾਲ ਜਿਹੜੀ ਫਿਰ ਲਵਾਈ ਨੂੰ ਉਹਨੂੰ 4 ਦਿਨ ਦਾ ਫਰਕ ਪੈ ਗਿਆ ਦੂਜੀ ਨਾਲ ਠੀਕ ਆ ਚੱਲ 3-4 ਦਿਨ ਦਾ ਫਰਕ ਪੈ ਗਿਆ ਲੈ ਚੱਲ ਲਿਆ ਰਾਸਣ ਹਾਂ ਰਾਸਣ ਹੈਗਾ ਤੁਹਾਡੇ ਕੋਲ ਹੁਣ ਪੈਣਾ ਤਾਂ ਉਰੀ ਆ ਇਹ ਤਾਂ ਹੈਗਾ ਫਿਰ ਤਾਂ ਕੱਲ ਨੂੰ ਇਕੱਠਾ ਹੀ ਲੈ ਲਈ ਕੱਲ ਨੂੰ ਇਕੱਠਾ ਹੀ ਦੇ ਦੂੰਗਾ ਮੈਂ ਠੀਕ ਆ ਹੋਰ ਕੀ ਨਾ ਉਹ ਤੋਂ ਨਾ ਵੀ ਯਾਰ ਚੱਲ ਫਿਰ ਦੇਖੀਏ ਉਹਨੂੰ ਕਾਕਾ ਨਾ ਕਰੀਏ ਚੱਲ ਫਿਰ ਦੇਖੀਏ ਭਾਈ ਚਲੋ ਠੀਕ ਆ ਜੀ मिलते भाई कल बढ़ाऊंगे हूं सत श्री अकाल कैंसल हो गया हाँ समान तैयार रखे सारे हाँ।